Hello viewers, my name is Gurpreet Kaur. How are you? I am fine. ਅੱਜ ਆਪਾਂ ਕਰਾਂਗੇ ਪਾਸਟ ਕੰਟੀਨਿਊਸ ਟੈਂਸ ਫਾਰਮ ਦੀ ਪੈਸਿਵ, ਠੀਕ ਹੈ। ਅੱਜ ਹੁਣ ਤੱਕ ਆਪਾਂ ਜਿਹੜੀਆਂ ਵੀ ਵੀਡੀਓ ਸਾਰੀਆਂ ਮੈਂ ਬਣਾਈਆਂ ਆ ਉਹ ਅਪਲੋਡ ਕੀਤੀਆਂ ਹੋਈਆਂ ਪਲੇਲਿਸਟ ਦੇ ਵਿੱਚ ਜਾ ਕੇ ਤੁਸੀਂ ਦੇ ਸਕਦੇ ਹੋ ਉਹਨਾਂ ਨੂੰ, ਜੇ ਪ੍ਰੀਵੀਅਸ ਟੈਂਸ ਤੁਸੀਂ ਦੇਖਣੇ ਆ ਸਾਰੇ ਸਟੇਟਮੈਂਟਸ ਤੋਂ ਲੈ ਕੇ ਫਿਊਚਰ ਇਨਡੈਫੀਨੇਟ ਤੱਕ। ਅਤੇ ਹੁਣ ਕੰਟੀਨਿਊਸ ਟੈਂਸ ਆਪਾਂ ਕਰ ਰਹੇ ਹਾਂ ਜਿਹੜੇ ਕਿ ਬੈਂਡ ਬੂਸਟਰ ਐਜ਼ ਆ ਬੈਂਡ ਬੂਸਟਰ ਵੀ ਯੂਜ਼ ਕੀਤੇ ਜਾਂਦੇ ਆ ਆਇਲਸ ਦੇ ਵਿੱਚ ਗਰਾਮਰ ਸੈਕਸ਼ਨ ਦੇ ਵਿੱਚ, ਠੀਕ ਹੈ। ਜਿਹੜੇ ਪੈਸਿਵਸ ਹੁੰਦੇ ਆ ਸਾਰਿਆਂ ਦੀ ਪਹਿਚਾਣ ਇਹੀ ਹੁੰਦੀ ਆ, ਸਬਜੈਕਟ ਦੇ ਨਾਲ ਦੁਆਰਾ ਲੱਗਾ ਹੁੰਦਾ ਆ ਜਾਂ ਸਬਜੈਕਟ ਐਬਸੈਂਟ ਹੁੰਦਾ ਆ, ਠੀਕ ਹੈ। ਜਾਂ ਫਿਰ ਕਈ ਵਾਰੀ ਇਹਨਾਂ ਦੇ ਲਾਸਟ 'ਤੇ ਕੀਤਾ ਜਾ ਰਿਹਾ ਹੈ, ਕੀਤੀ ਜਾ ਰਹੀ ਹੈ, ਕੀਤੀਆਂ ਜਾ ਰਹੀਆਂ ਹਨ, ਐਕਸੈਕਟਰਾ ਕੁਝ ਲੱਗਾ ਹੁੰਦਾ। ਬਟ ਮੋਸਟ ਆਫ ਦੀ ਟਾਈਮ ਦੇ ਵਿੱਚ ਸਬਜੈਕਟ ਨਾਲ ਦੁਆਰਾ ਲੱਗਾ ਹੁੰਦਾ ਜਾਂ ਸਬਜੈਕਟ ਐਬਸੈਂਟ ਹੁੰਦਾ, ਠੀਕ ਹੈ। ਉੱਥੇ ਆਪਾਂ ਪੈਸਿਵਸ ਬਣਾਉਂਦੇ ਹਾਂ। ਸਬਜੈਕਟ ਕੀ ਹੁੰਦਾ? ਜਿਹੜਾ ਬੰਦਾ ਕੋਈ ਕੰਮ ਕਰ ਰਿਹਾ ਹੈ, ਜੇ ਉਹਦੇ ਨਾਲ ਦੁਆਰਾ ਲੱਗਾ ਆ ਜਾਂ ਫਿਰ ਉਹ ਹੈ ਹੀ ਨਹੀਂ ਗਾ। ਕੰਮ ਆਪਾਂ ਨੂੰ ਪਤਾ ਹੈ ਵੀ ਕੀ ਹੋ ਰਿਹਾ ਆ, ਬਟ ਸਬਜੈਕਟ ਨਹੀਂ ਅਵੇਲੇਬਲ, ਅਤੇ ਉਹ ਕੀ ਆ, ਪੈਸਿਵ ਫਾਰਮ ਦੇ ਵਿੱਚ ਆ। ਰੂਲ ਹੁੰਦਾ ਇਹਦਾ, ਐਕਸਟਰਾ ਇਨਫੋਰਮੇਸ਼ਨ ਲੱਗਦੀ ਆ, ਉਸ ਤੋਂ ਬਾਅਦ ਆਬਜੈਕਟ ਲੱਗਦਾ, ਦੈਨ ਇਜ਼ ਐਮ ਅਤੇ ਆਰ, ਇਜ਼ ਸਿੰਗੂਲਰ ਦੇ ਨਾਲ, ਐਮ ਆਈ ਦੇ ਨਾਲ ਲੱਗਦਾ ਅਤੇ ਆਰ ਪਲੂਰਲ ਦੇ ਨਾਲ ਲੱਗਦਾ। ਫਿਰ ਬੀਂਗ ਲੱਗਦਾ ਜਿਵੇਂ ਐਕਟਿਵ ਫਾਰਮ ਦੇ ਵਿੱਚ ਕੀ ਆ, ਵਰਬ ਦੀ ਫਸਟ ਫਾਰਮ ਨਾਲ ਆਈ ਐਨ ਜੀ ਲੱਗਦਾ, ਉੱਥੇ ਇਹਦੇ ਵਿੱਚ ਕੀ ਆ, ਬੀਂਗ ਲੱਗਦਾ। ਫਿਰ ਵਰਬ ਦੀ ਥਰਡ ਫਾਰਮ ਲੱਗਦੀ ਆ, ਦੈਨ ਬਾਈ ਲੱਗਦਾ, ਸਬਜੈਕਟ ਲੱਗਦਾ, ਫਿਰ ਤੋਂ ਕੋਈ ਐਕਸਟਰਾ ਇਨਫੋਰਮੇਸ਼ਨ ਆਪਣੇ ਕੋਲ ਜੇ ਹੈ ਆ ਤਾਂ ਉਹ ਲੱਗ ਜਾਂਦੀ ਆ। ਅਤੇ ਹੁਣ ਜਿਹੜੀਆਂ ਵੀ ਆਪਾਂ ਇਗਜ਼ਾਮਪਲਸ, ਮੈਂ ਤੁਹਾਨੂੰ ਥੋੜ੍ਹੀਆਂ ਦੱਸੂੰਗੀ ਵੀ ਕਿੱਥੇ ਕਿੱਥੇ ਆਪਾਂ ਇਹਨਾਂ ਨੂੰ ਯੂਜ਼ ਕਰ। ਪਲੀਜ਼ ਆਪਣੀ ਨੋਟਬੁੱਕ ਅਤੇ ਪੈੱਨ ਲੈ ਕੇ ਬੈਠਿਆ ਕਰੋ ਕਿ ਜੋ ਵੀ ਮੈਂ ਤੁਹਾਨੂੰ ਪੜ੍ਹਾ ਰਹੀ ਹਾਂ ਤੁਸੀਂ ਉਹਨੂੰ ਨਾਲ ਦੀ ਨਾਲ ਲਿਖਦੇ ਰਹੋ, ਤਾਂ ਕਿ ਤੁਹਾਡੇ ਦਿਮਾਗ ਦੇ ਵਿੱਚ ਇਹ ਵਧੀਆ ਤਰੀਕੇ ਨਾਲ ਸੈੱਟ ਹੋ ਜਾਣ ਅਤੇ ਤੁਹਾਨੂੰ ਫਿਊਚਰ ਦੇ ਵਿੱਚ ਯੂਜ਼ ਕਰਨੇ ਸੌਖੇ ਹੋ ਜਾਣ। ਜਿਵੇਂ ਫਸਟ ਸੈਂਟੈਂਸ ਆ, ਲੋਕਾਂ ਨੂੰ ਫ੍ਰੀ ਮੈਡੀਕਲ ਫੈਸਿਲਿਟੀ ਦਿੱਤੀ ਜਾ ਰਹੀ ਹੈ। ਹੁਣ ਕੰਮ ਕੀ ਹੋ ਰਿਹਾ? ਫ੍ਰੀ ਮੈਡੀਕਲ ਫੈਸਿਲਿਟੀ ਦਿੱਤੀ ਜਾ ਰਹੀ ਹੈ, ਇਹ ਕਿ ਆਪਣੇ ਕੋਲ ਕੰਮ ਹੋ ਰਿਹਾ ਹੈ, ਇਹ ਆਪਣੇ ਕੋਲ ਕੀ ਆ, ਆਬਜੈਕਟ ਆਪਾਂ ਜਿਹਨੂੰ ਕਹਿੰਦੇ। ਬਟ ਕੌਣ ਦੇ ਰਿਹਾ ਇਹ ਆਪਣੇ ਕੋਲ ਨਹੀਂ ਪਤਾ ਆਪਾਂ ਨੂੰ, ਇਹਦਾ ਮਤਲਬ ਕਿ ਆਪਣੇ ਕੋਲ ਸਬਜੈਕਟ ਕੀ ਆ, ਐਬਸੈਂਟ ਆ, ਅਤੇ ਤਾਂ ਇਹ ਪੈਸਿਵ ਫਾਰਮ ਦੇ ਵਿੱਚ ਆ। ਫ੍ਰੀ ਮੈਡੀਕਲ ਫੈਸਿਲਿਟੀ ਆਬਜੈਕਟ ਆਪਾਂ ਲਗਾ ਦਿੱਤਾ ਪਹਿਲਾਂ, ਫਿਰ ਇਜ਼ ਐਮ ਆਰ ਇੱਕ ਚੀਜ਼ ਆ ਤਾਂ ਕਰਕੇ ਇਜ਼ ਲੱਗਾ, ਫਿਰ ਬੀਂਗ ਪ੍ਰੋਵਾਈਡਡ ਵਰਬ ਦੀ ਥਰਡ ਫਾਰਮ, ਦੇਣਾ ਪ੍ਰੋਵਾਈਡ ਕਰਨਾ ਕਹਿੰਦੇ ਆ, ਅਤੇ ਥਰਡ ਫਾਰਮ ਹੈਗੀ ਇਹਦੀ ਪ੍ਰੋਵਾਈਡਡ ਟੂ ਪੀਪਲ। ਉਸ ਤੋਂ ਬਾਅਦ ਹੈ ਲੋਕਾਂ ਦੁਆਰਾ ਜ਼ਿਆਦਾ ਮਸ਼ੀਨਾਂ ਵਰਤ ਕੇ ਬਿਜਲੀ ਦੀ ਖਪਤ ਕੀਤੀ ਜਾ ਰਹੀ ਹੈ। ਲੋਕ ਕੀ ਆ, ਬਹੁਤ ਜ਼ਿਆਦਾ ਮਸ਼ੀਨਾਂ ਵਰਤਦੇ ਆ ਜਿਹਦੇ ਨਾਲ ਕਿ ਬਿਜਲੀ ਦੀ ਖਪਤ ਬਹੁਤ ਜ਼ਿਆਦਾ ਹੋ ਰਹੀ ਆ। ਇਲੈਕਟ੍ਰਿਸਿਟੀ ਇਜ਼ ਬੀਂਗ ਯੂਜ਼ਡ ਬਾਏ ਪੀਪਲ, ਦੁਆਰਾ ਲੱਗਾ ਲੋਕਾਂ ਦੇ ਨਾਲ, ਸਬਜੈਕਟ ਨਾਲ ਦੁਆਰਾ ਲੱਗਾ, ਬਾਏ ਯੂਜ਼ਿੰਗ ਮਸ਼ੀਨਸ, ਮਸ਼ੀਨਸ ਯੂਜ਼ ਕਰਕੇ। ਫਿਰ ਉਸ ਤੋਂ ਬਾਅਦ ਹੈ ਬਹੁਤ ਸਾਰੇ ਲੋਕਾਂ ਦੁਆਰਾ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਛੁੱਟੀਆਂ ਬਿਤਾਈਆਂ ਜਾ ਰਹੀਆਂ ਹਨ। ਲੋਕ ਕਿ ਬਾਹਰਲੇ ਦੇਸ਼ ਜਾਂਦੇ ਛੁੱਟੀਆਂ ਬਿਤਾਉਣ ਦੇ ਲਈ। ਅੱਜ ਕੱਲ੍ਹ ਬਹੁਤ ਜ਼ਿਆਦਾ ਲੋਕਾਂ ਕੋਲ ਇਨਕਮ ਹੀ ਇੰਨੀ ਵੱਧ ਚੁੱਕੀ ਹੈ ਕਿ ਉਹ ਅਫੋਰਡ ਕਰ ਸਕਦੇ ਆ ਬਾਹਰਲੇ ਦੇਸ਼ ਜਾਣਾ, ਅਤੇ ਉੱਥੇ ਜਾ ਕੇ ਉਹ ਆਪਣੀਆਂ ਹੋਲੀਡੇਜ਼ ਸਪੈਂਡ ਕਰ ਸਕਦੇ ਆ। ਹੋਲੀਡੇਜ਼ ਆਰ ਬੀਂਗ ਸਪੈਂਟ ਬਾਏ ਮੈਨੀ ਪੀਪਲ ਬਾਏ ਟਰੈਵਲਿੰਗ ਟੂ ਫੋਰਨ ਕੰਟਰੀਜ਼, ਟਰੈਵਲਿੰਗ ਅਬਰੋਡ ਵੀ ਕਹਿ ਸਕਦੇ ਹਾਂ ਜਾਂ ਟਰੈਵਲਿੰਗ ਟੂ ਫੋਰਨ ਕੰਟਰੀਜ਼ ਵੀ ਕਹਿ ਸਕਦੇ ਹਾਂ। ਉਸ ਤੋਂ ਬਾਅਦ ਹੈ ਸਾਇੰਟਿਸਟ ਦੁਆਰਾ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਨਵੀਆਂ ਖੋਜਾਂ ਕੀਤੀਆਂ ਜਾ ਰਹੀਆਂ ਹਨ। ਸਾਇੰਟਿਸਟ ਕੀ ਕਰ ਰਹੇ ਆ, ਨਿਊ ਇਨਵੈਂਸ਼ਨਸ ਕਰ ਰਹੇ ਆ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਲਈ, ਠੀਕ ਹੈ। ਇਹਦੇ 'ਚ ਆਪਾਂ ਲਿਖ ਸਕਦੇ ਹਾਂ ਨਿਊ ਇਨਵੈਂਸ਼ਨਸ ਆਰ ਬੀਂਗ, ਇਨਵੈਂਸ਼ਨ ਸੀਗਾ ਤਾਂ ਕਰਕੇ ਆਰ ਲੱਗਾ ਇੱਥੇ, ਬੀਂਗ ਮੇਡ ਬਾਏ ਸਾਇੰਟਿਸਟ ਟੂ ਰਿਡਿਊਸ ਪੋਲਿਊਸ਼ਨ। ਫਿਰ ਇਸ ਤੋਂ ਬਾਅਦ ਹੈ ਸ਼ਹਿਰਾਂ ਵਿੱਚ ਐਕਸੀਡੈਂਟਸ ਨੂੰ ਘੱਟ ਕਰਨ ਲਈ ਸਰਕਾਰ ਦੁਆਰਾ ਨਵੀਆਂ ਸੜਕਾਂ ਬਣਾਈਆਂ ਜਾ ਰਹੀਆਂ ਹਨ, ਠੀਕ ਹੈ। ਐਕਸੀਡੈਂਟਸ ਇੰਨੇ ਜ਼ਿਆਦਾ ਹੋ ਗਏ ਆ ਕਿਉਂਕਿ ਵਹੀਕਲ ਬਹੁਤ ਜ਼ਿਆਦਾ ਹੋ ਗਏ ਸੜਕ
ਸੜਕਾਂ ਦੇ ਉੱਪਰ ਰੋਡਸ ਦੇ ਉੱਪਰ ਤਾਂ ਕਰਕੇ ਕੀ ਆ ਵੀ ਵਹੀਕਲ ਘੱਟ ਹੋਣ ਸੜਕਾਂ ਦੇ ਉੱਤੇ ਤਾਂ ਗਵਰਨਮੈਂਟ ਕੀ ਕਰਦੀ ਆ ਨਵੇਂ ਰੋਡਸ ਬਣਾ ਰਹੀ ਹੈ ਨਿਊ ਰੋਡਸ ਆਰ ਬੀਂਗ ਰੋਡਸ ਸੀਗੇ ਤਾਂ ਕਰਕੇ ਆਰ ਲੱਗਾ ਬੀਂਗ ਬਿਲਟ ਬਾਏ ਗਵਰਨਮੈਂਟ ਟੂ ਡਿਕਰੀਜ਼ ਐਕਸੀਡੈਂਟਸ ਇਨ ਸਿਟੀਜ਼ ਸ਼ਹਿਰਾਂ ਦੇ ਵਿੱਚ ਘਟਾਉਣ ਦੇ ਲਈ ਮੋਬਾਈਲ ਕੰਪਨੀਜ਼ ਦੁਆਰਾ ਲੋਕਾਂ ਨੂੰ ਮੋਬਾਈਲਸ ਵਿੱਚ ਨਵੀਆਂ ਫੀਚਰਸ ਦਿੱਤੀਆਂ ਜਾ ਰਹੀਆਂ ਹਨ ਪਹਿਲਾਂ ਕੀ ਹੁੰਦਾ ਸੀ ਮੋਬਾਈਲ ਦੇ ਵਿੱਚ ਜਿਹੜੀ ਸਟੋਰੇਜ ਸਿਸਟਮ ਸੀ ਉਹ ਘੱਟ ਹੁੰਦਾ ਸੀ ਰੈਮ ਜਿਹੜੀ ਹੁੰਦੀ ਬਟ ਅੱਜ ਕੱਲ੍ਹ ਕੀ ਆ ਉਹੀ ਵਧਾ ਦਿੱਤੀ ਗਈ ਹੈ ਤਾਂ ਕਿ ਲੋਕ ਜ਼ਿਆਦਾ ਕੁਝ ਸਟੋਰ ਕਰ ਸਕਣ ਹੋਰ ਵੀ ਨਵੇਂ ਫੀਚਰਸ ਜਿਵੇਂ ਕੈਮਰਾ ਦੀ ਕੁਆਲਿਟੀ ਮੈਗਾ ਪਿਕਸਲ ਦੇ ਵਿੱਚ ਜ਼ਿਆਦਾ ਹੋ ਗਈ ਆ ਅਤੇ ਰਿਕਾਰਡਰਸ ਆ ਗਏ ਕੈਲਕੂਲੇਟਰਸ ਆ ਗਏ ਆ ਕਈ ਜਿਹੜੀਆਂ ਇਨਬਿਲਡ ਐਪਸ ਹੁੰਦੀਆਂ ਉਹ ਆਪਣੇ ਕੋਲ ਅੱਜ ਕੱਲ੍ਹ ਹੈਗੀਆਂ ਹੈ ਤਾਂ ਕਿ ਆਪਾਂ ਨੂੰ ਦੁਬਾਰਾ ਤੋਂ ਉਹ ਇੰਸਟਾਲ ਨਾ ਕਰਨੀਆਂ ਪੈਣ ਨਿਊ ਫੀਚਰਸ ਆਰ ਬੀਂਗ ਪ੍ਰੋਵਾਈਡਡ ਬਾਏ ਮੋਬਾਈਲ ਕੰਪਨੀਜ਼ ਟੂ ਪੀਪਲ ਇਨ ਮੋਬਾਈਲਸ ਮੋਬਾਈਲਸ ਦੇ ਵਿੱਚ ਬਹੁਤ ਸਾਰੀਆਂ ਕੰਪਨੀਆਂ ਵਿੱਚ ਸਟਾਫ ਨੂੰ ਯੂਨੀਫਾਰਮ ਦਿੱਤੀ ਜਾ ਰਹੀ ਹੈ ਯੂਨੀਫਾਰਮ ਕੀ ਹੁੰਦਾ ਇੱਕ ਆਇਡੈਂਟੀ ਹੁੰਦੀ ਹੈ ਕਿਸੇ ਵੀ ਕੰਪਨੀ ਦੀ ਅਤੇ ਅੱਜ ਕੱਲ੍ਹ ਕੀ ਆ ਬਹੁਤ ਸਾਰੀਆਂ ਕੰਪਨੀਜ਼ ਦੇ ਵਿੱਚ ਕਿ ਯੂਨੀਫਾਰਮ ਪ੍ਰੋਵਾਈਡ ਕੀਤੀ ਜਾ ਰਹੀ ਹੈ ਫ੍ਰੀ ਆਫ ਕੋਸਟ ਯੂਨੀਫਾਰਮ ਇਜ਼ ਬੀਂਗ ਪ੍ਰੋਵਾਈਡਡ ਬਾਏ ਮੈਨੀ ਕੰਪਨੀਜ਼ ਟੂ ਸਟਾਫ ਉਹਨਾਂ ਦੇ ਸਟਾਫ ਨੂੰ ਰਬਿਸ਼ ਦੀ ਰੀਸਾਈਕਲਿੰਗ ਦੀਆਂ ਨਵੀਆਂ ਮਸ਼ੀਨਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਰਬਿਸ਼ ਕੀ ਹੁੰਦਾ ਕੂੜਾ ਕਰਕਟ ਆ ਜਿਹੜਾ ਉਹਦੇ ਰੀਸਾਈਕਲ ਕਰਨ ਦੇ ਲਈ ਵੀ ਉਹਨੂੰ ਦੁਬਾਰਾ ਤੋਂ ਯੂਜ਼ ਕੀਤਾ ਜਾ ਸਕੇ ਤਾਂ ਕਰਕੇ ਨਵੀਆਂ ਮਸ਼ੀਨਾਂ ਤਿਆਰ ਕੀਤੀਆਂ ਜਾ ਰਹੀਆਂ ਹੈ ਟੂ ਰੀਸਾਈਕਲ ਰਬਿਸ਼ ਐਕਸਟਰਾ ਇਨਫੋਰਮੇਸ਼ਨ ਸੀ ਨਿਊ ਮਸ਼ੀਨਸ ਆਰ ਬੀਂਗ ਮੈਨੂਫੈਕਚਰਡ ਕੁਝ ਵੀ ਨਵੀਂ ਕਾਰ ਬਣਦੀਆਂ ਮਸ਼ੀਨਸ ਬਣਦੀਆਂ ਮੋਬਾਈਲ ਫੋਨ ਬਣਦਾ ਇਹਨਾਂ ਨੂੰ ਮੈਨੂਫੈਕਚਰ ਕਰਦੇ ਪ੍ਰੋਡਿਊਸ ਨਹੀਂ ਕਰਦੇ ਪ੍ਰੋਡਿਊਸ ਜਾਂ ਕੋਈ ਚੀਜ਼ ਪ੍ਰੋਡਿਊਸ ਕੀਤੀ ਜਾਂਦੀ ਜਿਵੇਂ ਆਪਾਂ ਕਹਿੰਦੇ ਕ੍ਰੋਪਸ ਪ੍ਰੋਡਿਊਸ ਕੀਤੀਆਂ ਜਾਂਦੀਆਂ ਜਿਹੜੀਆਂ ਗਰੋ ਕੀਤੀਆਂ ਜਾਂਦੀਆਂ ਉਹਨਾਂ ਨੂੰ ਪ੍ਰੋਡਿਊਸ ਕਰਨਾ ਕਹਿੰਦੇ ਆ ਠੀਕ ਹੈ ਇਹ ਮੈਨੂਫੈਕਚਰ ਕੀਤੀਆਂ ਜਾਂਦੀਆਂ ਸਭ ਕੁਝ ਫਿਰ ਉਸ ਤੋਂ ਬਾਅਦ ਸੜਕਾਂ ਨੂੰ ਵੱਡਾ ਕਰਨ ਲਈ ਜੰਗਲਾਂ ਦੀ ਕਟਾਈ ਕੀਤੀ ਜਾ ਰਹੀ ਹੈ ਵੀ ਸੜਕਾਂ ਵੱਡੀਆਂ ਹੋ ਜਾਣ ਉਹਦੇ ਨਾਲ ਜੰਗਲਾਂ ਨੂੰ ਕੱਟਿਆ ਜਾ ਰਿਹਾ ਅੱਜ ਕੱਲ੍ਹ ਆਪਾਂ ਨੂੰ ਪਤਾ ਹੀ ਹੈ ਸਾਰੇ ਫੋਰੈਸਟ ਏਰੀਆ ਕੀ ਆ ਸਾਫ਼ ਕੀਤਾ ਜਾ ਰਿਹਾ ਲੈਂਡ ਕਲੀਅਰ ਕੀਤੀ ਜਾ ਰਹੀ ਫੋਰੈਸਟ ਦੀ ਤਾਂ ਕਿ ਉੱਥੇ ਵੱਡੀਆਂ ਸੜਕਾਂ ਬਣ ਜਾਣ ਟਰੀਜ਼ ਜਾਂ ਫਿਰ ਫੋਰੈਸਟ ਕਹਿ ਸਕਦੇ ਹਾਂ ਜੇ ਟਰੀਜ਼ ਲਗਾਉਣਾ ਫਿਰ ਉਹਦੇ ਨਾਲ ਆਰ ਲੱਗੂਗੀ ਠੀਕ ਹੈ ਜੇ ਫੋਰੈਸਟ ਲਗਾਉਣਾ ਉਹਦੇ ਨਾਲ ਇਜ਼ ਲੱਗੂਗੀ ਬੀਂਗ ਲੋਗਡ ਟੂ ਐਨਲਾਰਜ ਰੋਡਸ ਵੱਡਾ ਕਰਨਾ ਐਨਲਾਰਜ ਫਿਰ ਉਸ ਤੋਂ ਬਾਅਦ ਪ੍ਰੋਡਕਟਸ ਦੀ ਵਿਕਰੀ ਨੂੰ ਵਧਾਉਣ ਲਈ ਪ੍ਰੋਡਕਟ ਕੀ ਹੈ ਸੇਲ ਵੱਧ ਜੇ ਸੈਲੈਬ੍ਰਿਟੀਜ਼ ਨੂੰ ਹਾਇਰ ਕੀਤਾ ਜਾ ਰਿਹਾ ਹੈ ਇਹ ਸੈਲੀਬ੍ਰਿਟੀ ਨਹੀਂ ਕਹਿੰਦੇ ਆਪਾਂ ਨੂੰ ਸੈਲੈਬ੍ਰਿਟੀਜ਼ ਕਹਿੰਦੇ ਆ ਸੈਲੈਬ੍ਰਿਟੀਜ਼ ਆਰ ਬੀਂਗ ਹਾਇਰਡ ਟੂ ਇਨਕਰੀਜ਼ ਸੇਲ ਆਫ ਪ੍ਰੋਡਕਟਸ ਪ੍ਰੋਡਕਟਸ ਕਹਿ ਸਕਦੇ ਹਾਂ ਗੁੱਡਜ਼ ਕਹਿ ਸਕਦੇ ਹਾਂ ਆਈਟਮਸ ਕਹਿ ਸਕਦੇ ਹਾਂ ਇਹ ਸਾਰੀਆਂ ਚੀਜ਼ਾਂ ਯੂਜ਼ ਹੋ ਸਕਦੀ ਹੁਣ ਜਿਹੜੀ ਤੁਸੀਂ ਐਕਸਰਸਾਈਜ਼ ਕੰਪਲੀਟ ਕਰਨੀ ਆ ਅਤੇ ਅਪਲੋਡ ਕਰਨੀ ਆ ਠੀਕ ਹੈ ਉਹਦੇ ਬਾਰੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਇਹ ਪਲੀਜ਼ ਕੰਪਲੀਟ ਕਰਿਆ ਕਰੋ ਕਿਉਂਕਿ ਇਹਦੇ ਨਾਲ ਤੁਹਾਡੀ ਇਨਫੋਰਮੇਸ਼ਨ ਇਨਹਾਂਸ ਹੋਊਗੀ ਤੁਹਾਨੂੰ ਵੀ ਪਤਾ ਲੱਗੂ ਕਿ ਤੁਹਾਨੂੰ ਕਿੰਨੀ ਕੁ ਸਮਝ ਆਈ ਹੈ ਇਹ ਵੀਡੀਓਜ਼ ਦੇਖ ਕੇ ਐਕਸਰਸਾਈਜ਼ ਟੂ ਕੰਪਲੀਟ ਫਸਟ ਹੈ ਬਹੁਤ ਸਾਰੇ ਲੋਕਾਂ ਦੁਆਰਾ ਮਸ਼ੀਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਮਸ਼ੀਨਸ ਆਰ ਬੀਂਗ ਯੂਜ਼ਡ ਜਹਾਜ਼ਾਂ ਦੀ ਵਰਤੋਂ ਕਰਕੇ ਲੋਕਾਂ ਦੁਆਰਾ ਆਪਣੀਆਂ ਯਾਤਰਾ ਨੂੰ ਆਸਾਨ ਬਣਾਇਆ ਜਾ ਰਿਹਾ ਹੈ ਆਰ ਬੀਂਗ ਮੇਡ ਈਜ਼ੀ ਠੀਕ ਹੈ ਅੱਜ ਕੱਲ੍ਹ ਲੋਕਾਂ ਦੁਆਰਾ ਮੂਵੀਜ਼ ਦੇਖਣ ਲਈ ਸਿਨੇਮਾ ਘਰਾਂ ਵਿੱਚ ਜਾਇਆ ਜਾ ਰਿਹਾ ਹੈ ਲੋਕ ਕੀ ਮੂਵੀਜ਼ ਦੇਖਣ ਲਈ ਸਿਨੇਮਾ ਦੇ ਵਿੱਚ ਜਾਂਦੇ ਆ ਠੀਕ ਹੈ ਮਲਟੀਪਲੈਕਸਿਸ ਜਿਹਨੂੰ ਕਹਿੰਦੇ ਆ ਸਿਨੇਮਾਜ਼ ਵੀ ਕਹਿ ਸਕਦੇ ਮਲਟੀਪਲੈਕਸਿਸ ਵੀ ਕਹਿ ਸਕਦੇ ਆ ਲੋਕਾਂ ਦੁਆਰਾ ਛੁੱਟੀਆਂ ਵਾਲੇ ਦਿਨਾਂ ਵਿੱਚ ਘੁੰਮਣ ਲਈ
ਜਾਇਆ ਜਾ ਰਿਹਾ ਹੈ। ਜਦੋਂ ਲੋਕਾਂ ਨੂੰ ਛੁੱਟੀਆਂ ਹੁੰਦੀਆਂ, ਜਿਵੇਂ ਹੁਣ ਮਤਲਬ ਕਈ ਵਾਰੀ ਗਰਮੀਆਂ ਦੀ ਛੁੱਟੀਆਂ ਹੁੰਦੀਆਂ ਜਾਂ ਸਰਦੀਆਂ ਛੁੱਟੀਆਂ ਹੁੰਦੀਆਂ, ਉਦੋਂ ਲੋਕ ਘੁੰਮਣ ਜਾਂਦੇ, ਘੁੰਮਣ ਜਾਇਆ ਜਾ ਰਿਹਾ ਉਹਨਾਂ ਵੱਲ ਦੁਆਰਾ। ਬਹੁਤ ਸਾਰੇ ਲੋਕਾਂ ਦੁਆਰਾ ਡੇਂਜਰਸ ਸਪੋਰਟਸ ਵਿੱਚ ਹਿੱਸਾ ਲਿਆ ਜਾ ਰਿਹਾ ਹੈ। ਕਈ ਲੋਕ ਕੀ ਕਰਦੇ ਆ, ਡੇਂਜਰਸ ਸਪੋਰਟਸ ਜਿਵੇਂ ਕਾਰ ਰੇਸਿੰਗ ਜਾਂ ਬਾਈਕ ਰੇਸਿੰਗ ਜਾਂ ਸਕਾਈ ਡਾਈਵਿੰਗ ਜਾਂ ਪੈਰਾਗਲਾਈਡਿੰਗ, ਇਹਨਾਂ ਦੇ ਵਿੱਚ ਹਿੱਸਾ ਲੈਂਦੇ ਤਾਂ ਕਿ ਉਹ ਫੇਮਸ ਹੋ ਜਾਣ ਜਾਂ ਫਿਰ ਉਹਨਾਂ ਨੂੰ ਪੈਸੇ ਜ਼ਿਆਦਾ ਮਿਲਣ। ਕਈਆਂ ਦਾ ਇਹ ਹੈਬਿਟਸ ਵੀ ਹੁੰਦੀਆਂ, ਲਾਈਕਸ ਵੀ ਹੁੰਦੇ ਇਹਨਾਂ ਦੇ, ਬਟ ਮੋਸਟ ਆਫ ਦੀ ਪੀਪਲ ਕੀ ਕਰਦੇ ਆ, ਇਹ ਪੈਸੇ ਕਮਾਉਣ ਦਾ ਇੱਕ ਸਾਧਨ ਬਣਾਇਆ ਹੋਇਆ ਉਹਨਾਂ ਨੂੰ ਡੇਂਜਰਸ ਸਪੋਰਟਸ ਦੇ ਵਿੱਚ ਐਕਟ ਕਰਨਾ। ਇੰਪਲੋਇਡ ਲੋਕਾਂ, ਅਨਇੰਪਲੋਇਡ ਜਿਹੜੇ ਹੁੰਦੇ ਬੇਰੁਜ਼ਗਾਰ ਲੋਕਾਂ ਦੁਆਰਾ ਜੁਰਮ ਨੂੰ ਵਧਾਇਆ ਜਾ ਰਿਹਾ ਹੈ। ਕ੍ਰਾਈਮ ਇਜ਼ ਬੀਂਗ ਇਨਕਰੀਜ਼ਡ। ਫਿਰ ਉਸ ਤੋਂ ਬਾਅਦ ਪਾਣੀ ਦੀ ਵਰਤੋਂ ਕਰਕੇ ਲੋਕਾਂ ਦੁਆਰਾ ਸਫਾਈ ਕੀਤੀ ਜਾ ਰਹੀ ਹੈ। ਲੋਕ ਕੀ ਪਾਣੀ ਨੂੰ ਯੂਜ਼ ਕਰਦੇ ਆ ਸਫਾਈ ਕਰਨ ਦੇ ਲਈ। ਬਜ਼ੁਰਗਾਂ ਦੁਆਰਾ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ ਜਾ ਰਿਹਾ ਹੈ। ਪਾਲਣ ਪੋਸ਼ਣ ਨੂੰ ਕਹਿੰਦੇ ਆ ਬ੍ਰਿੰਗਿੰਗ, ਅਪ ਬ੍ਰਿੰਗਿੰਗ ਜਾਂ ਬ੍ਰਿੰਗਿੰਗ। ਅੱਜ ਕੱਲ੍ਹ ਬਹੁਤ ਸਾਰੇ ਲੋਕਾਂ ਦੁਆਰਾ ਔਨਲਾਈਨ ਸ਼ੋਪਿੰਗ ਕੀਤੀ ਜਾ ਰਹੀ ਹੈ। ਲੋਕ ਕੀ ਅੱਜ ਕੱਲ੍ਹ ਔਨਲਾਈਨ ਸ਼ੋਪਿੰਗ ਕਰਦੇ, ਕਿਉਂਕਿ ਉਹਨਾਂ ਕੋਲ ਟਾਈਮ ਨਹੀਂ ਹੈਗਾ, ਤਾਂ ਕਰਕੇ ਉਹ ਔਨਲਾਈਨ ਸ਼ੋਪਿੰਗ ਕਰ ਰਹੇ। ਹੁਣ ਜਿਹੜੇ ਮੈਂ ਤੁਹਾਨੂੰ ਕੱਲ੍ਹ ਟੈਂਸ ਦਿੱਤੇ ਸੀ ਉਹਨਾਂ ਦੀ ਟ੍ਰਾਂਸਲੇਸ਼ਨ ਦੱਸਣ ਲੱਗੀ ਹਾਂ ਮੈਂ। ਪ੍ਰੈਜ਼ੈਂਟ ਕੰਟੀਨਿਊਸ ਟੈਂਸ ਕੀਤਾ ਸੀ, ਐਕਟਿਵ ਫੋਰਮ ਜਿਹੜੀ ਸੀਗੀ। ਲੋਕ ਕੰਮ ਕਰਨ ਲਈ ਸ਼ਹਿਰਾਂ ਵਿੱਚ ਜਾ ਰਹੇ ਹਨ। ਇਹਦਾ ਆਪਣੇ ਕੋਲ ਫੋਰਮ ਕੀ ਸੀਗੀ, ਸਬਜੈਕਟ ਲੱਗਦਾ ਹੈ, ਫਿਰ ਇਜ਼, ਐਮ, ਆਰ ਲੱਗਦੀ ਆ, ਫਿਰ ਵਰਬ ਦੀ ਫਸਟ ਫੋਰਮ ਆਈ ਐਨ ਜੀ ਅਤੇ ਓਬਜੈਕਟ ਐਕਸਟਰਾ ਇਨਫੋਰਮੇਸ਼ਨ ਜਾਂ ਅੱਗੇ ਜਾਂ ਪਿੱਛੇ। ਪੀਪਲ ਆਰ ਗੋਇੰਗ ਟੂ ਸਿਟੀਜ਼ ਟੂ ਵਰਕ ਜਾਂ ਫੋਰ ਵਰਕ ਜਾਂ ਟੂ ਵਰਕ। ਬਹੁਤ ਸਾਰੀਆਂ ਔਰਤਾਂ ਘਰ ਬੈਠ ਕੇ ਪੈਸੇ ਕਮਾ ਰਹੀਆਂ ਹਨ। ਜਿਵੇਂ ਕਈ ਲੇਡੀਜ਼ ਆ ਸਟਿਚਿੰਗ ਕਰਦੀਆਂ ਹੈ, ਕੋਈ ਕੁਕਿੰਗ ਕਲਾਸਿਸ ਦਿੰਦੀਆਂ ਹੈ, ਕੋਈ ਕਿਸੇ ਨੂੰ ਬੁਣਨਾ ਸਿਖਾਉਂਦੀਆਂ ਹੈ, ਠੀਕ ਹੈ, ਕੋਈ ਗਾਰਡਨਿੰਗ ਵਗੈਰਾ ਕਰ ਰਹੀਆਂ, ਉਹਦੇ ਨਾਲ ਕਿ ਪੈਸੇ ਕਮਾ ਰਹੀਆਂ। ਮੈਨੀ ਲੇਡੀਜ਼ ਵੁਮੈਨ ਫੀਮੇਲਸ ਆਰ ਅਰਨਿੰਗ ਬਾਏ ਸਿਟਿੰਗ ਇਨ ਹੋਮ। ਠੀਕ ਹੈ, ਅਰਨਿੰਗ ਵੀ ਕਹਿ ਸਕਦੇ ਹਾਂ, ਅਰਨਿੰਗ ਮਨੀ ਵੀ ਕਹਿ ਸਕਦੇ ਹਾਂ, ਸੇਮ ਹੀ ਹੁੰਦਾ ਹੈ। ਫਿਰ ਉਸ ਤੋਂ ਬਾਅਦ ਕੈਮਰੇ ਲੋਕਾਂ ਦੀਆਂ ਗਤੀਵਿਧੀਆਂ ਉੱਪਰ ਨਜ਼ਰ ਰੱਖ ਰਹੇ ਹਨ। ਕੈਮਰੇ ਕੀ ਆ, ਲੋਕਾਂ ਦੀਆਂ ਗਤੀਵਿਧੀਆਂ ਉੱਪਰ ਨਜ਼ਰ ਰੱਖਦੇ ਪਏ, ਉਹਨਾਂ ਦੇ ਉੱਤੇ ਇੱਕ ਆਈ ਬਣਾ ਕੇ ਰੱਖਦੇ, ਕੀ ਪੈਨ ਆਈ। ਕੈਮਰਾਸ ਆਰ ਕੀਪਿੰਗ ਐਨ ਆਈ ਔਨ ਪੀਪਲਸ ਐਕਟੀਵਿਟੀ ਔਨ, ਜਾਂ ਫਿਰ ਇਹਨੂੰ ਇੱਦਾਂ ਵੀ ਲਿਖ ਸਕਦੇ ਕਿਹਾ ਜਾ ਸਕਦਾ, ਔਨ ਐਕਟੀਵਿਟੀਜ਼ ਔਫ ਪੀਪਲ, ਜਾਂ ਔਫ ਨਹੀਂ ਲਗਾਉਣਾ ਤਾਂ ਅਪੋਸਟ ਆਫ ਐਸ ਪੈ ਜਾਂਦੀ ਸਭ ਦੇ ਵਿੱਚ। ਬਹੁਤ ਸਾਰੇ ਲੋਕ ਫਾਸਟ ਫੂਡ ਖਾ ਰਹੇ ਹਨ। ਮੈਨੀ ਪੀਪਲ ਆਰ ਈਟਿੰਗ ਫਾਸਟ ਫੂਡ। ਲੋਕ ਨੈਚੁਰਲ ਰਿਸੋਰਸਿਸ ਨੂੰ ਖਤਮ ਕਰ ਰਹੇ ਹਨ। ਨੈਚੁਰਲ ਰਿਸੋਰਸਿਸ ਜਿਹੜੇ ਹੁੰਦੇ ਆ, ਪਾਣੀ ਹੋ ਗਿਆ, ਆਇਲ ਹੋ ਗਿਆ, ਅਤੇ ਆਪਣੇ ਕੋਲ ਲੱਕੜ ਹੋ ਗਈ, ਵੁੱਡ ਹੋ ਗਿਆ, ਇਹ ਸਾਰੇ ਨੈਚੁਰਲ ਰਿਸੋਰਸਿਸ ਦੇ ਵਿੱਚ ਆਉਂਦੇ ਆ। ਪੀਪਲ ਆਰ ਡਿਸਟਰੋਇੰਗ ਨੈਚੁਰਲ ਰਿਸੋਰਸਿਸ, ਡਿਸਟਰੋਇੰਗ ਜਾਂ ਫਿਰ ਡਿਪਲੀਟਿੰਗ। ਫਿਰ ਪਸ਼ੂ ਖੇਤਾਂ ਵਿੱਚ ਚਾਰਾ ਖਾ ਰਹੇ ਹਨ। ਐਨੀਮਲਸ ਆਰ ਗਰੇਜ਼ਿੰਗ ਇਨ ਫੀਲਡਸ। ਬਹੁਤ ਸਾਰੇ ਨੌਜਵਾਨ ਡਰਾਈਵਿੰਗ ਲਾਇਸੈਂਸ ਲਈ ਅਰਜ਼ੀਆਂ
ਦੇ ਰਹੇ ਹਨ। ਕਈ ਲੋਕ ਕਿ ਡਰਾਈਵਿੰਗ ਲਾਇਸੈਂਸ ਬਣਾ ਰਹੇ ਅੱਜ ਕੱਲ੍ਹ ਬਹੁਤ ਜ਼ਿਆਦਾ। ਮੈਨੀ ਯੰਗਸਟਰਸ ਆਰ ਅਪਲਾਈਂਗ ਫੋਰ ਡਰਾਈਵਿੰਗ ਲਾਇਸੈਂਸ। ਐਸ ਦੇ ਨਾਲ ਵੀ ਪੈਂਦਾ, ਸੀ ਦੇ ਨਾਲ ਵੀ ਪੈਂਦਾ, ਦੋਨੋਂ ਦੇ ਸੇਮ ਸਪੈਲਿੰਗ ਹੁੰਦੇ ਆ, ਸਹੀ ਹੁੰਦੇ ਦੋਨੋਂ ਸਪੈਲਿੰਗ ਇਹਦੇ ਵਿੱਚ। ਕਈ ਲੋਕ ਵਿਹਲੇ ਰਹਿ ਕੇ ਆਪਣੇ ਸਰੀਰ ਨੂੰ ਕਮਜ਼ੋਰ ਬਣਾ ਰਹੇ ਹਨ। ਕਈ ਲੋਕ ਅਗਰ ਵਿਹਲੇ ਰਹਿੰਦੇ ਆ ਅਤੇ ਉਹਨਾਂ ਦੀ ਫਿਜ਼ੀਕਲ ਐਕਟੀਵਿਟੀ ਨਹੀਂ ਹੋਊਗੀ, ਉਹਦੇ ਨਾਲ ਕਿ ਸਰੀਰ ਕਮਜ਼ੋਰ ਹੋਈ ਜਾਂਦਾ ਰਹਿੰਦਾ, ਉਹਦੇ ਨਾਲ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਨਹੀਂ ਰਹਿੰਦੀ, ਉਹ ਕੀ ਆ ਕੋਈ ਕੰਮ ਨਹੀਂ ਕਰ ਸਕਦੇ। ਮੈਨੀ ਪੀਪਲ ਆਰ ਮੇਕਿੰਗ ਦੇਅਰ ਬੋਡੀ ਅਨਫਿਟ ਅਨਹੈਲਦੀ ਜਾਂ ਫਿਰ ਅਨਹੈਲਦੀ ਬਾਏ ਲਿਵਿੰਗ ਫਰੀ ਜਾਂ ਫਿਰ ਬਾਏ ਸਟੇਇੰਗ ਫਰੀ, ਫਰੀ ਰਹਿਣਾ। ਬਹੁਤ ਸਾਰੇ ਲੋਕ ਓਬੈਸਟੀ ਦਾ ਸ਼ਿਕਾਰ ਹੋ ਰਹੇ ਹਨ। ਮੈਨੀ ਪੀਪਲ ਕੀ ਓਬੈਸਟੀ ਦਾ ਸ਼ਿਕਾਰ ਹੋ ਰਹੇ ਹੈ। ਮੈਨੀ ਪੀਪਲ ਆਰ ਬਿਕਮਿੰਗ ਵਿਕਟਮ ਆਫ ਓਬੈਸਿਟੀ। ਵਿਕਟਮ ਕਿਸੇ ਵੀ ਬਿਮਾਰੀ ਦਾ ਸ਼ਿਕਾਰ ਹੋਣਾ, ਉਹਦੇ 'ਚ ਵਿਕਟਮ ਹੁੰਦਾ, ਬਿਕਮਿੰਗ ਵਿਕਟਮ। ਵਿਕਟਮ ਵਰਬ ਦੀ ਫੋਰਮ ਨਹੀਂ ਹੁੰਦੀ, ਬਿਕਮ ਵਰਬ ਦੀ ਫੋਰਮ ਹੁੰਦੀ ਇੱਥੇ, ਤਾਂ ਕਰਕੇ ਆਪਾਂ ਇਹਨੂੰ ਕੋਲੈਬੋਰੇਟ ਕਰਦੇ, ਇਹਨੂੰ ਕਲੋਕੇਸ਼ਨਸ ਦੇ ਵਿੱਚ ਯੂਜ਼ ਕੀਤਾ ਜਾਂਦਾ ਇਹਨਾਂ ਚੀਜ਼ਾਂ ਨੂੰ। ਬੱਚੇ ਕੰਪਿਊਟਰ ਗੇਮਸ ਖੇਡ ਕੇ ਆਪਣਾ ਵਿਹਲਾ ਸਮਾਂ ਗੁਜ਼ਾਰ ਰਹੇ ਹਨ। ਕੰਪਿਊਟਰਸ ਗੇਮ ਖੇਡਦੇ ਅੱਜ ਕੱਲ੍ਹ ਫਰੀ ਆ, ਕੰਪਿਊਟਰ ਗੇਮ ਖੇਡਦੇ ਆ ਕਿਉਂਕਿ ਬਾਹਰ ਖੇਡਣ ਲਈ ਜਗ੍ਹਾ ਨਹੀਂ ਉਹਨਾਂ ਨੂੰ ਅਵੇਲੇਬਲ, ਅਤੇ ਉਹਦੇ ਨਾਲ ਕਿ ਆਪਣਾ ਜਿਹੜਾ ਫਰੀ ਟਾਈਮ ਉਹ ਸਪੈਂਡ ਕਰਦੇ ਆ। ਚਿਲਡਰਨ ਆਰ ਸਪੈਂਡਿੰਗ, ਚਿਲਡਰਨਸ ਨਹੀਂ ਹੁੰਦਾ, ਚਿਲਡਰਨ ਹੀ ਹੁੰਦਾ, ਆਰ ਸਪੈਂਡਿੰਗ ਦੇਅਰ ਫਰੀ ਟਾਈਮ ਬਾਏ ਪਲੇਇੰਗ ਗੇਮਸ, ਗੇਮਸ ਖੇਡ ਕੇ ਪਲੇ ਕਰਕੇ। ਦਿਸ ਇਜ਼ ਐਂਡ ਆਫ ਟੂਡੇਜ਼ ਵੀਡੀਓ। ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਟੂ ਮਾਈ ਚੈਨਲ ਜੇ ਤੁਹਾਨੂੰ ਇਹ ਵੀਡੀਓਜ਼ ਵਧੀਆ ਲੱਗਦੀਆਂ, ਕਿਉਂਕਿ ਫਿਊਚਰ ਦੇ ਵਿੱਚ ਤੁਸੀਂ ਹੋਰ ਵੀ ਇੱਦਾਂ ਦੀਆਂ ਵੀਡੀਓਜ਼ ਦੇਖੋਗੇ ਇਸ ਚੈਨਲ ਦੇ ਉੱਤੇ। ਥੈਂਕਸ ਫੋਰ ਵਾਚਿੰਗ ਐਂਡ ਗਿਵਿੰਗ ਮੀ ਯੂਅਰ ਪ੍ਰੀਸ਼ੀਅਸ ਟਾਈਮ। ਹੈਵ ਅ ਨਾਈਸ ਡੇ।